ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਵਿੱਚ। ਆਪਣੀ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਅਤੇ ਆਪਣੀ ਵੀਡੀਓ ਨੂੰ ਮੇਰਾ ਵੀ ਪੂਰਾ ਦੇਖਿਆ ਕਰੋ ਜੀ ਲਾਸਟ ਤੱਕ। ਅੱਜ ਆਪਾਂ ਆਏ ਹਾਂ ਜੀ ਮੋਟਰ 'ਤੇ, ਪਹਿਲਾਂ ਤੁਸੀਂ ਝੋਨਾ ਚੈੱਕ ਕਰੋ, ਇਹ ਫੂਸਾ ਝੋਨਾ ਹੈ ਜੀ, ਇੰਨੇ ਇੰਨੇ ਦਾਣੇ ਗੱਦਰ ਗਏ। ਇਹ ਹੈਗਾ ਜੀ 221, ਤਕਰੀਬਨ ਸਾਰਾ ਝੋਨਾ ਨਿਸਰ ਚੁੱਕਾ, 21 ਵੀ ਅਤੇ ਫੂਸਾ ਵੀ 10 ਥੋੜ੍ਹਾ ਜਿਹਾ ਪਹਿਲਾਂ ਨਿਸਰ ਗਿਆ। ਅੱਜ ਆਪਾਂ ਲੱਗੇ ਹਾਂ ਸਪਰੇਅ ਕਰਾਉਣ ਝੋਨੇ ਨੂੰ, ਐਤਕੀ ਥੋੜ੍ਹੀ ਸੈੱਲ ਜ਼ਿਆਦਾ ਕਰਕੇ ਗੋਲੀ ਬਹੁਤ ਆ, ਫੂਸੇ ਨੂੰ ਵੀ ਹੈਗੀ ਐਤਕੀ ਤਾਂ ਗੋਲੀ ਮਾੜੀ ਮਾੜੀ, ਦੇਖੋ ਜੀ ਇਹਨੂੰ ਵੀ ਗੋਲੀ ਹੈਗੀ ਆ, ਆ 21 ਨੂੰ ਵੀ ਮਾੜੀ ਮਾੜੀ ਗੋਲੀ ਹੈਗੀ ਆ। ਹੁਣ ਆਪਾਂ ਪਾਣੀ ਨਹੀਂ ਲਾਉਣਾ, ਬਸ ਝੋਨਾ ਨਿਸਰ ਗਿਆ, ਹੁਣ ਆਪਾਂ ਪਾਣੀ ਬੰਦ ਕਰ ਦੇਣਾ। ਹੁਣ ਆਪਾਂ ਲੱਗੇ ਹਾਂ ਜੀ ਅੱਜ ਇਹਨੂੰ ਸਪਰੇਅ ਕਰਾਉਣ ਥੇਲੇ ਵਾਲੀ, ਅਤੇ ਇੱਕ ਫੰਗੀ ਸਾਈਡ, ਨਾਲ ਸਟੈਪਟੋਸਾਈਕਲਿਨ ਦੀਆਂ ਪੁੜੀਆਂ। ਅੱਜ ਸਾਨੂੰ ਆਪਾਂ ਦਿਖਾਉਂਦੇ ਹਾਂ ਕਿਹੜੀ ਆਪਾਂ ਥੇਲੇ ਵਾਲੀ ਪਾ ਰਹੇ ਹਾਂ, ਕਿਹੜਾ ਹੁਣ ਆਪਾਂ ਫੰਗੀ ਸਾਈਡ ਪਾ ਰਹੇ ਹਾਂ। ਆ ਜਾਓ ਜੀ ਦਿਖਾਉਂਦੇ ਹਾਂ, ਹਲੇ ਬੰਦੇ ਆਪਣੇ ਆਉਂਦੇ ਪਏ, ਮੋਟਰ ਆਪਾਂ ਚਲਾ ਤੀ ਸਪਰੇਅ ਕਰਨ ਦੇ ਲਈ, ਪਾਣੀ ਪੂਣੀ ਚਾਹੀਦਾ ਹੁੰਦਾ। ਆ ਜਾਓ ਤੁਹਾਨੂੰ ਦਿਖਾਉਂਦੇ, ਇੱਕ ਆਪਾਂ ਗੋਲੀ ਵਾਲੀ ਵੀ ਲਿਆਉਂਦੀ ਹੈ ਨਵੀਂ, ਉਹ ਵੀ ਦਿਖਾਉਂਦੇ ਸਾਨੂੰ ਗੋਲੀ ਵਾਲੀ ਕਿਹੜੀ ਲਿਆਉਂਦੀ ਆਪਾਂ। ਆਹ ਦੇਖੋ ਡਾਇਨੋ ਇਹ ਸ਼ੀਨ ਵਾਲਾ ਟੈਕਨੀਕਲ ਆ, ਇਹ ਸ਼ੀਨ ਵਾਲਾ ਟੈਕਨੀਕਲ ਪਾ ਰਹੇ ਹਾਂ ਆਪਾਂ, ਡਾਇਨੋ ਟੈਫਿਊਰਾਨ, ਡਾਇਨੋ ਟੈਫਿਊਰਾਨ 20% ਵਾਲਾ, WWSEG ਫੋਰਮ ਦੇ ਵਿੱਚ ਇਹ ਆਪਾਂ ਪਾ ਰਹੇ ਹਾਂ ਜੀ 100 ਗ੍ਰਾਮ ਹਫ਼ਤੇ ਦਾ, ਉਦਾਸੀ ਆ ਇਹਨਾਂ ਦੀ ਡੋਜ, ਆਪਾਂ 100 ਗ੍ਰਾਮ ਪਾ ਲਏ। ਇੱਕ ਪਾ ਰਹੇ ਆਪਾਂ ਟੈਗ ਮਿਸਟਰ ਐਮ ਈ ਸਟਾਰ ਟੋਪ ਵਾਲਾ, ਇਹ ਟ੍ਰੋਪੀਕਲ ਕੰਪਨੀ ਦਾ ਐਮ ਈ ਸਟਾਰ ਟੋਪ, ਇਹ ਪਾ ਰਹੇ ਹਾਂ ਜੀ ਆਪਾਂ, ਇਹ ਪਾ ਰਹੇ ਹਾਂ ਆਪਾਂ 50% 1 ਲੀਟਰ, ਨਾਲ ਆਪਾਂ ਸਟੈਪਟੋ ਸਾਈਕਲਿੰਗ ਦੀਆਂ ਪੁੜੀਆਂ ਪਾ ਰਹੇ ਹਾਂ, ਇਹ ਆਪਾਂ ਪਾ ਰਹੇ ਜੀ ਪੁੜੀਆਂ 4-4 ਇੱਕ ਹਫ਼ਤੇ ਜੀ। ਇਹ ਆਪਾਂ ਆਹ ਨਵੀਂ ਲਿਆਉਂਦੀ ਹੈ, ਇਹ ਕਹਿੰਦੇ ਜੀ ਗੋਲੀ ਵੀ ਰੋਕੂਗੀ, ਇਹਨੂੰ ਆਪਾਂ ਹੋਰ ਕਿਸੇ 'ਚ ਰਲਾ ਕੇ ਵੀ ਕਰ ਸਕਦੇ ਹਾਂ, ਕਹਿੰਦੇ ਵਧੀਆ ਇਹ। ਦੇਖੋ ਰਿਜ਼ਲਟ, ਹਾਂ ਇਹਦੇ ਵਿੱਚ ਹੈਗਾ ਟੈਬੂਕੋਨਾ ਜੋੜ ਅਤੇ ਸਲਫਰ 65% WG ਫਾਰਮ 'ਚ, ਕਸਮੈਟਿਕ ਦੇ ਕੰਟੈਕਟ ਹੈ ਕਹਿੰਦੇ, ਗੋਲੀ ਵੀ ਰੱਖੂ ਅਤੇ ਬਾਕੀ ਚੀਜ਼ਾਂ ਵੀ ਰੱਖੂਗਾ। ਦੇਖੋ ਜੀ ਅੱਗੇ ਆਪਾਂ ਕਰ ਦਿੰਦੇ ਬਲੂ ਕਾਪਰ, ਹੁਣ ਉਹ ਕਹਿੰਦੇ ਇਹਦਾ ਵਧੀਆ ਰਿਜ਼ਲਟ ਹੈ, ਹੁਣ ਇਹ ਕਰਕੇ ਦੇਖ ਲੈਂਦੇ ਹਾਂ ਕਿੱਦਾਂ ਰਿਜ਼ਲਟ ਹੈ। ਅੱਜ ਆਪਾਂ ਜੀ ਇਹ ਸਪਰੇ ਕਰਨ ਲੱਗੇ, ਅੱਜ ਆਪਾਂ ਇਹ ਸਪਰੇਹਾਂ ਕਰਨ ਲੱਗੇ ਹਾਂ, ਬਸ ਹੁਣ ਇਹ ਇੱਕ ਸਪਰੇ ਕਰਕੇ ਬਸ ਫਿਰ ਲਾਸਟ ਸਪਰੇ ਆ ਜੀ, ਇਹ ਹੋਰ ਨਹੀਂ ਆਪਾਂ ਹੁਣ ਸਪਰੇ ਕਰਨੀ, ਬਸ ਇਹਦੇ ਨਾਲ ਹੀ ਸਰ ਜਾਣਾ, ਹਲੇ ਤੇਲਾ ਇੰਨਾ ਨਹੀਂ ਹੈਗਾ, ਮਾੜਾ ਮੋਟਾ ਕਿਤੇ ਹੀ ਆ, ਜਿਹੜਾ ਮਾੜਾ ਮੋਟਾ ਹੋਊਗਾ ਮਰ ਜਾਣਾ। 6-6 ਪੰਪ ਆਪਾਂ ਖੱਤੇ 'ਤੇ ਲਾ ਦੇਣੇ ਆ। ਆਹ ਦੇਖੋ ਜੀ ਆਹ ਹੈਗਾ 110, ਪਾਣੀ ਕੱਲ੍ਹ ਲਾ ਤਾ ਸੀਗਾ, ਸੁੱਕਦਾ ਜਿਹਾ ਸੀ, ਦੇਖੋ ਜੀ 110। ਆਹ ਫੂਸਾ ਹੀ ਆ ਜੀ, ਸਪਰੇਅ ਵਾਲੇ ਬੰਦੇ ਹਾਲੇ ਕਿਤੇ ਆਉਂਦੇ ਆ,
ਫਿਰ ਆਇਆ ਤਾਂ ਆਪਾਂ ਇਕੱਲਾ ਇਕੱਲੇ ਅਤੇ ਘੋਲ ਬਣਾਉਣਾ, ਇਕੱਲਾ ਇਕੱਲਾ ਘੋਲ ਬਣਾ ਕੇ ਆਪਾਂ ਦਵਾਈ ਸਪਰੇਅ ਕਰਨੀ ਹੈ ਜੀ। ਦੇਖੋ ਜੀ ਆਪਣੇ ਨੋਕਾਂ ਐਨ ਸਹੀ ਹੈ, ਜਿੱਦਾਂ ਉੱਤੇ ਨੋਕਾਂ ਹੈ ਨਾ ਲਾਲ ਹੋ ਜਾਂਦੀਆਂ, ਦੇਖੋ ਆਪਣੇ ਨੋਕਾਂ ਸਹੀ ਹੈ, ਨੋਕ ਲਾਲ ਨਹੀਂ ਹੋਈ ਹੈਗੀ ਹਲੇ। ਜਿੱਥੇ ਪਾਣੀ ਘੱਟ ਲੱਗਦਾ ਹੈ ਨਾ ਉੱਥੇ ਨੋਕਾਂ ਜ਼ਿਆਦਾ ਲਾਲ ਹੋ ਜਾਂਦੀ ਇੱਟੋਂ। ਬਾਕੀ ਹੁਣ ਆਪਾਂ ਸਟੈਪਟੋ ਸਾਈਕਲਿੰਗ ਦੀਆਂ ਪੁੜੀਆਂ ਹੀ ਪਾ ਦੇਣੀਆਂ, ਹੁਣ ਐਨ ਵਧੀਆ ਹਰਾ ਰਹੂਗਾ ਜੀ ਲਾਸਟ ਤੱਕ। ਦੇਖੋ ਜੀ ਆਪਣਾ ਵੀਡੀਓ ਨੂੰ ਐਂਡ ਤੱਕ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੇ ਕਿਸੇ ਵੀਰ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ। ਡਾਕਟਰ ਦੀਆਂ ਰੰਬੀਆਂ ਬਦਲਣ, ਕੱਲ੍ਹ ਆਪਾਂ ਲੱਗੇ ਸੀਗੇ ਰੰਬੀਆਂ ਬਦਲਣ, ਅੱਜ ਆਪਾਂ ਬਦਲ ਦਿੱਤੀਆਂ। ਦੇਖੋ ਜੀ ਸਾਰੀਆਂ ਰੂਟਾ ਵੂਟਰ ਦੀਆਂ ਨਵੀਆਂ ਰੰਬੀਆਂ ਪਾ ਦਿੱਤੀਆਂ ਆਪਾਂ, ਇਹਦੇ ਵਿੱਚ ਥੋੜ੍ਹੇ ਜਿਹੇ ਪੁਰਾਣੇ ਨਟ ਪੈ ਗਏ, ਬਾਕੀ ਸਾਰੇ ਨਟ ਆਪਾਂ ਨਵੇਂ ਪਾਏ ਆ। ਇਹ ਆਪਾਂ ਪਾਈਆਂ ਜੀ ਰੰਬੀਆਂ ਐਂਡ ਸਟਾਰ ਜਪਾਨ ਦੀਆਂ ਪਾਈਆਂ। ਇਹ ਆਪਾਂ ਨੂੰ 110 ਰੁਪਏ ਦੀ ਰੰਬੀ ਮਿਲੀ ਹੈ ਜੀ, 110 ਰੁਪਏ ਦੀ ਰੰਬੀ ਮਿਲੀ ਹੈ, ਅਤੇ 16-17 ਰੁਪਏ ਦਾ ਨਟ ਮਿਲਿਆ ਜੀ ਵਾਲਾ 22 ਨੰਬਰ। ਆਹ ਦੇਖੋ ਜੀ ਪਹਿਲਾਂ ਵਾਲੀ ਰੰਬੀ ਇੱਦਾਂ ਆ ਗਈ, ਇੰਨੀਆਂ ਘੱਸ ਗਈਆਂ, ਦੇਖੋ ਇੰਨੀ ਘੱਸ ਗਈਆਂ ਸੀ। ਇਹ ਇੱਕ ਦਿਨ ਤਾਂ ਆਪਾਂ ਨੂੰ ਖੋਲ੍ਹਣ 'ਤੇ ਲੱਗ ਗਿਆ, ਇੱਕ ਦਿਨ ਕੱਸਣ 'ਤੇ ਲੱਗ ਗਿਆ। ਬਾਹਰਲੀਆਂ ਰੰਬੀਆਂ ਆਪਾਂ ਬਦਲੀਆਂ ਨਹੀਂ, ਆਪਾਂ ਪਿਛਲੇ ਸਾਲ ਬਦਲੀਆਂ ਸੀ, ਗਵਲੀਆਂ ਰਹਿਣ ਦਿੱਤੀਆਂ ਸੀ, ਹੁਣ ਗਵਲੀਆਂ ਬਦਲੀਆਂ, ਬਾਹਰਲੀਆਂ ਰਹਿਣ 'ਤੇ ਦੋਨੇ ਲੈਣਾ, ਪਿੱਛੇ ਆਪਾਂ ਸੁਹਾਗਾ ਲਾ ਕੇ ਅਤੇ ਅੱਧੇ ਰੰਬੀਆਂ ਬਦਲੀਆਂ, ਤਾਂ ਸੌਖੀਆਂ ਬਦਲਣੀਆਂ, ਪਿੱਛੇ ਸੁਹਾਗਾ ਲਾ ਕੇ। 2 ਦਿਨ ਲੱਗ ਗਏ ਜੀ ਬਦਲਣ ਨੂੰ, ਇੱਕ ਦਿਨ ਖੋਲ੍ਹਣ ਲੱਗ ਗਿਆ ਅਤੇ ਇੱਕ ਦਿਨ ਕੱਸਣ ਨੂੰ ਲੱਗ ਗਿਆ। ਦੇਖੋ ਜੀ ਨਵੀਆਂ ਪਾ ਦੀਆਂ ਹਨ ਰੰਬੀਆਂ, ਰੂਟਾ ਵੂਟਰ ਦੀਆਂ, ਪਹਿਲਾਂ ਵਾਲੀਆਂ ਤਾਂ ਬਹੁਤ ਜ਼ਿਆਦਾ ਘਸੀਆਂ ਸੀ, ਸਿਰੇ ਹੀ ਗਈਆਂ ਸੀ, ਕੋਈ ਕੋਈ ਤਾਂ ਜ਼ਿਆਦਾ ਘਸੀ ਸੀ, ਹਲੇ ਕੋਈ ਕੋਈ ਇੱਦਾਂ ਹੈਗੀ ਸੀ ਇੰਨੀ, ਕੋਈ ਕੋਈ ਤਾਂ ਐਂ ਨਹੀਂ ਇੱਦਾਂ ਘਸ ਗਈ ਸੀਗੀ, ਵਿੱਚ ਕੋਈ ਕੋਈ ਹੈਗੀਆਂ, ਕੋਈ ਕੋਈ ਜ਼ਿਆਦਾ ਘਸੀ ਆ। ਜੇ ਕਿਸੇ ਵੀਰ ਨੇ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਜੀ। ਇਹ ਆਪਣਾ ਹੈਗਾ ਜੀ 2010 ਮਾਡਲ ਰੂਟਾ ਵੂਟਰ ਆ, ਇਹਦੀਆਂ ਰੰਬੀਆਂ ਆਪਾਂ 3 ਵਾਰੀ ਨਵੀਆਂ ਪਾ ਦਿੱਤੀਆਂ। ਦੇਖੋ ਹੁਣ ਸੁਹਾਗਾ ਲਾਉਂਦੇ ਹਾਂ,